हाँ जी दोस्तों, हुण आपां खड़े हांगे सेम नाले ते। इह सेम नाला उह आ जिहड़ा आपां 17 तरीक नूं इक वीडियो पाई सीगी वी बीरे वाले तों, जिहड़ा गंडू खुरद गंडू कलां जां कह दईए वी रियौंद कलां, उहनां पिंडां विच उहनां पिंडां चों मतलब इस सेम नाले दे विच पाणी वड्डिआ गिआ सी, है ना। उरे आ के इस नाले ने मार कीती सीगी, उरे आ के टुट गिआ सी इह सेम नाला, है ना। पर हुण की आ, आह देखो वी असीं पहलां लेवल जिहा करके हटांगे ते मन के चलीए वी 2.5-3 फुट पानी आ एरिए चो हैगा जी, आ मोटर एरिए चो मन आ कोठे कोले 2.5 गाह जाके हो सकदा वध होवे, जे करके नहीं मिले आपां ज्यादा मिले ने असीं उरे मिलिया सी, है ना। एक वड्डी राह वी जिहड़ा इहदे पानी सीगा भरिया होया सी वापस जाण लग गया सी सेम नाले चो, गाह जिथे भी जाणा जिहड़े पिंडां नूं जाणा सदूरगढ़ साइड जा रहा जी इह, ते गाह जाके निकलू वी। शुक्र है मालक दा वी जिहड़े पानी सेम नाले वाला उत्थों वड्डिआ सी उत्थों उरे आ के निकलण लग गया सी, टुट गया सी उरे, ते हुण वापस जा रहा जी। ते ਜਿਹੜੀਆਂ ਇੱਧਰ ਫਸਲਾਂ ਨੇ ਉਹ ਦੂਰ ਤੱਕ ਦੇਖਣ ਦਿਖਾ ਦੇਵੀ ਮਾੜਾ ਜਿਹਾ, ਫਸਲਾਂ ਦੇਖਣ ਲੱਗ ਗਈਆਂ ਥੋੜ੍ਹੀਆਂ ਥੋੜ੍ਹੀਆਂ, ਰਾਹਤ ਮਿਲੀ ਹੈ ਕਿਸੇ ਹੱਦ ਤੱਕ ਜੀ। ਅਤੇ ਉਹ ਦੂਰ ਖੜ੍ਹਾ ਭਰਾ ਕਿਸਾਨ, ਹੈ ਨਾ, ਤਕਰੀਬਨ ਮੰਨ ਕੇ ਚੱਲੀਏ ਇੱਥੋਂ ਜੀ 4 ਕਿੱਲਿਆਂ ਦੀ ਵਾਹੀ 'ਤੇ ਉਹ ਕਿਸਾਨ ਖੜ੍ਹਾ ਜੀ, ਉਹ ਆਪਣੇ ਖੇਤ 'ਚ ਖੜ੍ਹਾ ਤਕਰੀਬਨ, ਉਹਦੇ ਕਹਿ ਦਈਏ ਵੀ ਗੋਡੇ ਗੋਡੇ ਇਸ ਟਾਈਮ ਉਹਦੇ ਗੋਡੇ ਗੋਡੇ ਪਾਣੀ ਆ ਦੋਸਤੋ। ਫਸਲਾਂ ਸਾਰੀਆਂ ਨੰਗੀਆਂ ਹੋ ਗਈਆਂ, ਜਿਹੜੀਆਂ ਫਸਲਾਂ ਮਰ ਗਈਆਂ ਜਿੰਨੀਆਂ ਕਿ ਉਹਦਾ ਆਪਾਂ ਕੁਛ ਕਹਿ ਨਹੀਂ ਸਕਦੇ, ਹੈ ਨਾ। ਜਿੰਨਾ ਕੁ ਅਗਲਾ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੱਦਾਂ ਵੀ ਆਲ ਦੀ ਕੋਸ਼ਿਸ਼ ਆ, ਅੱਗੋਂ ਵੀ ਆ ਰਿਹਾ ਮਤਲਬ ਕਿ ਉੱਧਰ ਦਿਖਾਉਂਦੇ ਆ ਵੀ ਕਿਸ ਤਰ੍ਹਾਂ ਦਾ ਮਾਹੌਲ ਆ। ਸੜਕ 'ਤੇ ਵੀ ਪਾਣੀ ਉੱਧਰੋਂ ਉੱਧਰ ਹੀ ਮਤਲਬ ਨੰਗੀ ਹੋਣ ਲੱਗ ਗਈ ਸੜਕ, ਅਤੇ ਆਹ ਦੇਖੋ ਜੀ ਦੋਸਤ ਉੱਧਰੋਂ, ਅਤੇ ਇੱਧਰ ਪਾਣੀ ਵਾਪਸ ਜਾਣ ਲੱਗ ਗਿਆ, ਪਾਣੀ ਦਾ ਲੇਬਰ ਵੀ ਜਿਹੜਾ ਘੱਟ ਗਿਆ। ਤਕਰੀਬਨ ਟਾਈਮ ਮੰਨ ਕੇ ਚੱਲੀਏ 20 ਜੁਲਾਈ ਦਾ ਟਾਈਮ, ਸ਼ਾਮ ਦਾ ਤਕਰੀਬਨ 5-5:30 ਦਾ ਟਾਈਮ, ਮਾਹੌਲ ਨਾਲ ਪੂਰਾ ਵਧੀਆ ਮਤਲਬ ਜ਼ੋਰਾਂ ਨਾਲ 5:25 ਹੋ ਗਏ ਜੀ ਸ਼ਾਮ ਦੇ 20 ਜੁਲਾਈ ਦੇ, ਅਤੇ ਪਾਣੀ ਮਤਲਬ ਚੰਗਾ ਪੂਰਾ ਵਾਪਸ ਮੋੜਨ ਲੱਗ ਗਿਆ ਜੀ। ਅਤੇ ਨੀਵੇਂ 'ਚ ਕਿਰਾਂ ਪਾਣੀ ਮਤਲਬ ਇੱਧਰੋਂ ਟੱਪਣ ਲੱਗ ਗਿਆ ਸੀ, ਪਿੰਡ ਵਾਲੀ ਸਾਈਡ ਬਾਹਮਣ ਵਾਲਾ ਸਾਈਡ ਪਿੰਡ ਆ ਗਿਆ ਇੱਧਰ, ਅਤੇ ਇੱਧਰੋਂ ਹੁਣ ਉਰੇ ਤੱਕ ਪੂਰਾ ਮਤਲਬ ਇਹਦੇ ਵਿੱਚ ਆ ਗਿਆ, ਨਾਲੇ ਦੇ ਵਿੱਚ ਡਿੱਗ ਗਿਆ ਜੀ ਜਿੰਨਾ ਕੁ ਚੜ੍ਹਿਆ ਹੋਇਆ ਸੀਗਾ। ਸੜਕ 'ਤੇ ਜਦੋਂ ਅਸੀਂ ਲੰਘਿਆ ਨਾ ਇਸ ਤਰਫ ਨੂੰ ਮੰਨ ਕੇ ਚੱਲ ਕੇ ਕਹਿ ਦਈਏ ਵੀ ਰਤੀਏ ਨੂੰ, ਜਦੋਂ ਤੁਹਾਨੂੰ ਮਤਲਬ ਪਿਛਲੀ ਵੀਡੀਓ 'ਚ ਨਾਲੀ ਦਿਖਾਈ ਆ ਜਾਂ ਨਹਿਰ ਦਿਖਾਈ ਆ ਭਾਖੜਾ, ਉਦੋਂ ਅਸੀਂ ਉਰੇ ਪਾਣੀ ਸੀਗਾ, ਉਰੇ ਉਰੇ ਪਾਣੀ ਸੀ, ਉਰੋਂ ਐਡੇ ਪਾਣੀ 'ਚ ਲੰਘ ਕੇ ਗਿਆਂਗੇ। ਪਾਣੀ ਤਕਰੀਬਨ 2-3 ਮਿੰਟ ਦੇ ਵਿੱਚ ਉੱਤਰ, ਉਹ ਫਸਲਾਂ ਨੀਵੀਆਂ ਹੋ ਗਈਆਂ, ਸੋਰੀ ਨੰਗੀਆਂ ਹੋ ਗਈਆਂ ਜੀ, ਅਤੇ ਬਹੁਤ ਫਰਕ ਪੈ ਰਿਹਾ ਹੁਣ ਸਮੇਂ ਦੇ ਨਾਲ, ਹੈ ਨਾ, ਵੀ ਨੰਗੀ ਹੋ ਗਈ ਤਕਰੀਬਨ ਮੰਨ ਕੇ ਚੱਲੀ ਵੀ ਗੋਡੇ ਤੋਂ ਥੱਲੇ ਥੱਲੇ ਪਾਣੀ ਰਹਿ ਗਿਆ ਬਾਈ। ਇਹ ਏਰੀਆ ਦੱਸ ਦਈਏ ਬਾਹਮਣ ਵਾਲਾ ਪਿੰਡ ਆ ਗਿਆ ਲਵੇ, ਬਾਹਮਣ ਵਾਲੇ ਦੇ ਬਾਹਮਣ ਵਾਲੇ ਦੇ ਪਿੰਡ ਦੇ ਖੇਤ ਨੇਗੇ, ਮੋਟਾ ਮੋਟਰ ਤਕਰੀਬਨ ਕਹਿ ਦਈਏ ਵੀ 4 ਫੁੱਟ ਨਹੀਂ ਸੀਗਾ ਉਸ ਟਾਈਮ, ਅਤੇ ਸੜਕ ਮਿੱਤਰੋ ਖਾਸੀ ਨੰਗੀ ਹੋ ਗਈ ਆ, ਅਤੇ ਇੱਥੋਂ 8 ਕਿਲੋਮੀਟਰ ਲੱਗੀ ਆ, ਅਤੇ ਰੋਜ਼ਾਂ ਵਾਲੀ ਜੇ ਕਿਸੇ ਨੇ ਕੋਈ ਵੀ ਰਾਸ਼ਨ ਲੈ ਕੇ ਜਾਣਾ ਰੋਜ਼ਾਂ ਵਾਲੀ ਵੀ ਜਾ ਸਕਦਾ, ਕਿਰਾਂ ਇਸ ਸੜਕ ਜਾਣਾ ਪਊਗਾ। ਫਿਲਹਾਲ ਜੇ ਕਹਿ ਦਈਏ ਵੀ 1 ਦਿਨ ਰੁਕ ਕੇ ਆਉਣ, ਅੱਜ 20 ਜੁਲਾਈ ਦੀ ਸ਼ਾਮ ਦੀ ਮਤਲਬ ਵੀਡੀਓ ਇਹ ਤੁਹਾਨੂੰ ਦੇ ਰਿਹਾ ਵੀਰਿਓ, ਅਤੇ ਕੱਲ੍ਹ ਨੂੰ ਜਾਂ ਪਰਸੋਂ ਨੂੰ ਮਾੜਾ ਜਿਹਾ ਸਾਡੇ ਨਾਲ ਜ਼ਰੂਰ ਕਨੈਕਟ ਕਰ ਲਿਓ, ਦੱਸ ਦਿਆਂਗੇ ਤੁਹਾਨੂੰ ਹੋਰ ਜਾ। ਅਤੇ ਜਿਹੜੇ ਮਤਲਬ ਪਿੰਡ ਫਸੇ ਹੋਏ ਨੇ ਕਹਿ ਦਈਏ ਵੀ ਬੀਰੇ ਵਾਲਾ ਤਾਂ ਰੋਜ਼ਾਂ ਵਾਲੀ, ਕਈ ਪਿੰਡਾਂ 'ਚ ਮਤਲਬ ਆਪਾਂ ਨੂੰ ਰਾਸ਼ਨ ਦੀ ਲੋੜ ਪਊ ਜਾਂ ਪੌਦ ਵਗੈਰਾ ਦੀ ਪਨੀਰ ਦੀ ਲੋੜ ਪਊਗੀ, ਹੈ ਨਾ, ਅਤੇ ਆਪਾਂ ਕਨੈਕਟ ਰੱਖਾਂਗੇ ਵੀਰ ਮੇਰੇ ਉਹ, ਅਤੇ ਪਾਣੀ ਚੰਗਾ ਉੱਤਰ ਗਿਆ ਜੀ। ਅਤੇ ਜਿਹੜਾ ਦੱਸ ਦੀ ਵੀ ਬਾਹਮਣ ਵਾਲਾ ਪਿੰਡ ਆ, ਉਹਦੇ ਵਿੱਚ ਸੜਕ ਦੇ ਉੱਪਰ ਐਡਾ ਪਾਣੀ ਆ ਬਾਈ ਹਾਲੇ ਵੀ, ਕਿਉਂਕਿ ਉਹ ਪਿੰਡ ਨੀਵਾਂ ਗਾ, ਠੀਕ ਆ। ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰ ਦਿਓ ਜੀ।